ਚੀਫ ਜਸਟਿਸ ਆਫ ਪਾਕਿਸਤਾਨ ਵਾਟਰ ਕਮਿਸ਼ਨ ਦੀ ਕਾਰਗਰਦਗੀ ਤੋਂ ਖੁਸ਼। ਸੁਪਰੀਮ ਕੋਰਟ ਕਰਾਚੀ ਰਜਿਸਟਰੀਏਟ ਜਸਟਿਸ ਸਾਕਿਬ ਨਿਸਾਰ ਦੀ ਸਰਬਰਾਹੀ ਕੇਸ ਦੀ ਸਮਾਧ ਦੇ ਦੌਰਾਨ ਨਾਲਿਆਂ ਦੀ ਸਫਾਈ ਸੰਗੇ ਇੱਕ ਮਹੀਨੇ ਦੀ ਮੋਹਲਤ ਦੇ ਦਿੱਤੀ। ਮੇਅਰ ਕਰਾਚੀ ਵਸੀਮ ਅਖਤਰ ਆਖਦਨ ਨਾਲਿਆਂ ਦੀ ਸਫਾਈ ਸੰਗੇ ਪਲਾਨ ਤਸ਼ਕੀਲ ਦੇ ਦਿੱਤੇ। ਫਜ਼ਾਈ ਕੰਪਨੀਆਂ ਦੇ ਪਾਇਲਟਸ ਤੇ ਬੇਮੁਲਾਜ਼ਮੀਨ ਦੀਆਂ ਜਾਲੀ ਡਿਗਰੀਆਂ ਦੇ ਮਾਮਲੇ 'ਚ ਅਦਾਲਤਾਂ ਕੋ ਹੁਕਮ ਇਮਤਨਾ ਜਾਰੀ ਕਰਨ ਤੋਂ ਰੋਕ ਦਿੱਤਾ। ਫੈਸਲਾਬਾਦ ਦੇ ਅਲਾਈਡ ਹਸਪਤਾਲ ਦੀ ਮੁਲਾਜ਼ਮਾ ਨੌ ਮਾਲੂਦਾਂ ਦੀ ਖਰੀਦੋ ਫਰੋਖਤ ਇੱਕ ਮੁਲਵਿਸ ਨਿਕਤੀ। ਖਾਤੂਨ 1200 ਬਾਲਾਂ ਨੂੰ ਫਰੋਖਤ ਕਰਨ ਦਾ ਇਤਰਾਫ਼ ਵੀ ਕਰ ਗਿਆ। ਆਜ਼ਾਦ ਕਸ਼ਮੀਰ ਲਾਹੌਰ ਸਿਆਲਕੋਟ ਬਹਾਵਲਨਗਰ ਸਾਹੀਵਾਲ ਸਮੇਤ ਪੰਜਾਬ ਦੇ ਮੁਖਤਲਿਫ ਸ਼ਹਿਰਾਂ 'ਚ ਬਾਰਿਸ਼ ਮੌਸਮ ਖੁਸ਼ਗਵਾਰ ਥੀ ਗਿਆ। ਇਸਲਾਮਾਬਾਦ ਤੇ ਕਰਾਚੀ 'ਚ ਬਾਦਲਾਂ ਦੇ ਦੇਰੇ। ਪੰਜਾਬ ਦੇ ਕੁਝ ਮਕਾਮਾਤ ਆਜ਼ਾਦ ਕਸ਼ਮੀਰ ਤੇ ਪਖਤੂਨਖਾ ਗਿਲਗਿਤ ਸਮੇਤ ਮੁਖਤਲਿਫ ਹਿੱਸਿਆਂ 'ਚ ਬਾਰਿਸ਼ ਦੀ ਪੇਸ਼ਗੋਈ। ਗਜ਼ਾ ਸਿਹਾਨੀ ਫੌਜ ਨੇ ਹੱਤੇ ਮੁਜ਼ਾਹਰੀਨ ਤੇ ਗੋਲੀਆਂ ਵਸਾ ਦਿੱਤੀਆਂ। 4 ਫਲਸਤੀਨੀ ਸ਼ਹੀਦ, 400 ਤੋਂ ਵੱਧ ਜ਼ਖਮੀ। ਮੁਜ਼ਾਹਰੀਨ ਘਰਾਂ ਕੋ ਵਾਪਸੀ ਸੰਗੇ ਹਫ਼ਤਾਵਾਰ ਮਾਰਚ ਕਰਦੇ ਪਏ ਹਨ।